ਅੱਜ ਯਾਰ ਤੇਰੇ ਬਾਰੇ ਨੂੰ ਮੇਰਾ ਗਲਾ ਬਣ ਗਿਆ। ਅੱਜ ਮੇਰੇ ਪਾਸ ਮੇਰੇ ਬਹੁਤ ਹੀ ਪਿਆਰੇ, ਤੁਹਾਡੇ ਸਾਰਿਆਂ ਦੇ ਪਿਆਰੇ ਨੀਟੂ ਸ਼ਟਰਾਂ ਵਾਲੇ ਜੀ, ਜਿਹੜੇ ਮੇਰੇ ਮੁਕਾਬਲੇ 'ਚ ਇਲੈਕਸ਼ਨ ਲੜ ਰਹੇ, ਉਹ ਆਏ ਹੈ। ਮੈਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ। ਮੈਂ ਅੱਜ ਵੀ ਰੱਬ ਰੱਬ ਕਰਕੇ ਇਲੈਕਸ਼ਨ ਕੱਢਿਆ ਪੂਰਾ, ਅਤੇ ਮੈਨੂੰ ਐਂ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲੈ ਜਾਣੀਆਂ, ਮੇਰੇ ਤੋਂ ਅੱਗੇ ਜਾਣਗੇ। ਪਰ ਅੱਜ ਇਹ ਮੇਰੇ ਪਾਸ ਆ ਗਏ, ਇਹ ਕਹਿੰਦੇ ਵੀ ਜੇ ਮੈਂ ਜਿੱਤ ਵੀ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਣਾ। ਸਭ ਤੋਂ ਪਹਿਲਾਂ ਮੈਂ ਕਹੂੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਗਤ, ਜੈ ਭਗਵਾਨ ਵਾਹਿਗੁਰੂ, ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਹਾਲਾ ਜੀਆ ਗੌਂਸ ਵਾਹ ਖੁਸ਼ੀਆਂ ਦੇ ਵੱਲੋਂ ਪੜਾ, ਸਭ ਨੂੰ ਖੁਸ਼ ਰੱਖਿਆ, ਤੂੰ ਹੀ ਨਿਰੰਕਾਰ, ਮੈਂ ਤੇਰੀ ਸ਼ਰਨ, ਮੈਨੂੰ ਬਖਸ਼ੋ, ਜਕਾਰਾ ਮਾਂ ਚਿੰਤਪੁਰੀ ਦਾ ਬੋਲ ਸਾਚੇ ਦਰਬਾਰੀ ਜੈ। ਦੇਖੋ ਜੀ, ਅਸੀਂ ਜਿੱਤੇ ਜਿਹੜਾ ਪੰਜ ਵਾਲੇ ਬੰਦੇ ਆ, ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀ ਆ ਤੇ ਸਹੀ ਕੀ ਆ, ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਆ, ਇਲੈਕਸ਼ਨ ਹੋ ਗਏ, ਸਾਰਾ ਕੁਝ ਹੋ ਗਿਆ ਸੀਗਾ, ਤੇ ਅੱਜ ਆਪਾਂ ਇਕੱਠੇ ਬੈਠੇ, ਮੇਰਾ ਬੜਾ ਰੂਹ ਕਰਦੀ ਸੀ ਭਾਜੀ ਨੂੰ ਮਿਲਣ ਵਾਸਤੇ, ਪਰ ਜਦੋਂ ਸੀ ਐਮ ਬਣੇ ਸੀ ਭਾਜੀ, ਉਸ ਤੋਂ ਬਾਅਦ ਯਾਰ ਮੈਂ ਮਿਲ ਕੇ ਆਉਣਾ ਭਾਈ ਨੂੰ, ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ। ਹੁਣ ਅੱਜ ਇਲੈਕਸ਼ਨ ਨਿਬੜ ਗਿਆ, ਸਾਰਾ ਕੁਝ ਨਿਬੜ ਗਿਆ, ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ 'ਤੇ ਆ, ਅਸੀਂ ਇਨਸਾਨ ਆਪਣੀ ਜਗ੍ਹਾ, ਪਹਿਲਾਂ ਆਪਾਂ ਇਨਸਾਨ ਆ ਜੀ, ਇਲੈਕਸ਼ਨ ਤੋਂ ਬਾਅਦ ਦੀ ਗੱਲਾਂ, ਕਿਉਂਕਿ ਜੇ ਕਿਸੇ ਦੁੱਖ ਦਰਦ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ, ਅਤੇ ਕਿਉਂਕਿ ਹੁਣ ਮੈਂ ਅੱਜ ਪ੍ਰਣ ਕੀਤਾ ਵੀ ਮੈਂ ਇਲੈਕਸ਼ਨ ਨਹੀਂ ਲੜੂੰਗਾ, ਅਤੇ ਮੈਂ ਸਾਰਾ ਸਾਨੂੰ ਪਹਿਲਾਂ ਵੀ ਕਹਿਤਾ ਅਤੇ ਹੁਣ ਵੀ ਕਹਿ, ਮੇਰੇ ਘਰ ਦੇ ਬੜੇ ਹੈਰਾਨ ਹੋ ਗਏ ਯਾਰ, ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ, ਦਿਨੇ ਨਹੀਂ ਸੌਂਦਾ ਸੀਗਾ, ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ, ਰਾਤ ਨੂੰ ਪੋਸਟਰ ਲਾਉਣ ਆਪ ਚੱਲ ਜਾਂਦਾ ਸੀਗਾ, ਬੰਦਾ ਨਹੀਂ ਲੈਂਦਾ ਸੀਗਾ, ਕੋਈ ਪ੍ਰਚਾਰ ਕਰਨ ਆਪ ਚੱਲ ਜਾਂਦਾ ਸੀਗਾ, ਕਿ ਅੱਜ ਉਹ ਬੰਦਾ ਕਹਿੰਦਾ ਮੈਂ ਨਹੀਂ ਲੜਨਾ ਯਾਰ, ਬੜੀ ਉਹ ਮੇਰੇ ਘਰਦਿਆਂ ਨੂੰ ਗੱਲ ਹਜ਼ਮ ਨਹੀਂ ਹੋ ਰਹੀ, ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ, ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਇਹਦੇ ਵਿੱਚ, ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਵੀ, ਮੈਂ ਕਿਹਾ ਵੀ ਮੈਂ ਹਾਰ ਗਿਆ, ਮੈਂ ਥੱਕ ਗਿਆ, ਹੁਣ ਨਹੀਂ ਕਰੂੰਗਾ ਸਰ, ਅਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਕਾਰੋਬਾਰ ਦੇਖਾਂਗੇ, ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਮੈਂ ਉਹ ਖੋਲ੍ਹਾਂਗਾ, ਉਹਦੇ ਵਿੱਚ ਲੋਕਾਂ ਸਾਹਮਣੇ ਆਊਂਗਾ, ਜਾਂ ਆਪਣੇ ਫਿਲਮੀ ਗਾਣਿਆਂ ਦੇ ਵਿੱਚ, ਜਾਂ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਉਹ ਪੁਰਾਣਾ ਛੇਤੀ ਲਾਉਣ ਚਾਹੁੰਦਾ ਜੀ, ਹੁਣ ਮੈਂ ਇਹਦਾ ਬਸ ਇਹਦਾ ਦਿਮਾਗ 'ਚ ਨਿਕਲ ਜਾਵੇ, ਬਸ ਵੀ ਇਸ ਪਿੱਛਾ ਛੁੱਟ ਜਾਵੇ, ਉਸ ਤੋਂ ਬਾਅਦ ਮੈਂ ਕੁਛ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ, ਜੇ ਤੁਹਾਡਾ ਹੁਕਮ ਹੋਵੇ ਤਾਂ ਗਾਣਾ ਸੁਣਾਵਾਂਗਾ। ਹੋ ਗਏ ਅੱਡੇ ਬਣ ਗਏ ਬਾਰਡਰ ਤੇ, ਉਹ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ, ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਥਿਆਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੰਵਾਰੇ ਤੋਂ, ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ, ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ, ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ, ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ, ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਸੋਡੇ ਖਾਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੰਵਾਰੇ ਤੋਂ, ਅਕੁਰਸੀ ਦੀ ਭੁੱਖ ਨੇ ਕੀਤਾ, ਅਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ, ਜਿੱਧਰ ਦੇਖਾਂ ਉਂਦਰ ਹੁੰਦੀ ਤੱਕੇ ਛਾਈਏ, ਹੀਰ ਸੇਫ ਨਹੀਂ ਜਾਂਦੀ ਮਿੱਤਰਾ, ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੰਵਾਰੇ ਤੋਂ, ਵੇਖ ਭਗਤ ਸਿੰਘ ਅੱਜ ਦੀ ਸੋਚ ਚੰਨੀ ਸਾਹਿਬ ਦੀ ਹੈ ਜੀ, ਪਰ ਚੰਨੀ ਸਾਹਿਬ ਜਿੱਦਾਂ ਦੇ ਕੰਮ ਕਰਦੇ ਜੀ, ਸਾਡੇ ਇੱਦਾਂ ਦੇ ਨੁਮਾਇੰਦੇ ਅੱਗੇ ਜਾਣ ਚਾਹੀਦੇ ਆ, ਅਤੇ ਕਿਉਂਕਿ ਜਿੱਧਰ ਵੀ ਜਾਂਦਾ ਸੀ ਮੈਨੂੰ ਇੱਕ ਆਵਾਜ਼ ਆਉਂਦੀ ਚੰਨੀ ਸਾਹਿਬ ਜਿੱਦਣ, ਮੈਂ
ਲੱਖ ਤੋਂ ਹਾਰਾਂਗੇ ਬਿਲਕੁਲ ਮੁਕਾਬਲੇ ਵਿਚ ਨੀ ਹੈ ਅਰ ਹੋ ਸਕਦਾ ਹੋ ਨੀ ਸਕਦਾ ਪੱਕਾ ਕਿ ਇਹਦੀਆਂ ਵੋਟਾਂ ਵੱਧ ਨਿਕਲਣੀਆਂ ਸਿਰਫ ਮੇਰੀ ਇਹਨੇ ਵੋਟ ਵਧਾਉਣੀ ਹੈ ਹੋਰ ਕਿਸੇ ਦੀ ਨਹੀਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਹੀ ਪੈਸੇ ਮੰਗਣ ਲੱਗ ਤਿੰਨ ਮਹੀਨੇ ਬਾਅਦ ਫਿਰ ਵੋਟਾਂ ਨੀ ਇੱਕ ਬੰਦਾ ਬੜਾ ਭਲਾ ਮਾਸ ਰੱਬ ਦਾ ਬੰਦਾ ਸੀ ਆਈ ਡੀ ਅਫਸਰ ਬਹੁਤ ਵਧੀਆ ਘੈਂਟ ਬੰਦਾ ਉਹ ਕਹਿੰਦਾ 50,000 ਰੁਪਇਆ ਤੇ ਗੱਡੀ ਮਿਲ ਲਓ ਤਿੰਨ ਮਹੀਨੇ ਬਾਅਦ ਫਿਰ ਮੈਂ ਉਸ ਨਾਲ ਪਤਾ ਲੱਗਾ ਸਰ ਪੈਸੇ ਨੂੰ ਦੇ ਦਿਓ ਪ੍ਰੋਡਕਸ਼ਨ ਨਹੀਂ ਲੜੂੰਗਾ ਪੈਸੇ ਲੜੂੰਗਾ ਪ੍ਰੋਡਕਸ਼ਨ ਨਹੀਂ ਲੜੂੰਗਾ ਜੀ ਕਿਉਂਕਿ ਅੱਜ ਨਾ ਬਹੁਤ ਵੱਡੀ ਇੱਕ ਗੱਲ ਹੋ ਗਈ ਹੈ ਕਿ ਜਿਹੜੀ ਸੁਪਨੇ ਜੇ ਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦੇਣਗੇ ਆਪਾਂ ਕਦੀ ਯਕੀਨ ਨਹੀਂ ਮੰਨਿਆ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਾਲ ਲੜਾਈ ਕਰ ਲੈਂਦਾ ਜਦੋਂ ਆਪਣੇ ਗਦਾਰ ਹੋ ਜਾਣ ਜਦ ਆਪਣੇ ਧੋਖੇ ਕਹਿੰਦੇ ਘਰ ਦਾ ਪੇਟੀ ਲੰਕਾ ਢਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਡਿਆ ਤੇ ਮੈਨੂੰ ਪਤਾ ਨਹੀਂ ਮੈਂ ਕਹਾਂ ਯਾਰ ਅੱਜ ਤੋਂ ਬਾਅਦ ਖਤਮ ਕਿਹਦੇ ਵਾਸਤੇ ਕਰ ਰਹੇ ਸੀਗੇ ਜਿਨ੍ਹਾਂ ਵਾਸਤੇ ਅਸੀਂ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਖੋਜ ਕਰ ਰਹੇ ਸੀ ਪਰ ਤੁਹਾਨੂੰ ਇਹ ਗੱਲ ਕਹਿੰਦੇ ਅੰਮ੍ਰਿਤਸਰ ਜੋ ਖੜੀ ਕੀਤੀ ਸੀ ਵਾਰਾਣਸੀ ਮੈਂ ਖੜਾ ਹੋ ਕੇ ਮੇਰਾ ਮੇਨ ਮੁਕਾਬਲਾ ਸੀਗਾ ਮੋਦੀ ਦਾ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਜਵਾਨਾਂ ਵਾਸਤੇ ਡਰਾਈਵਰਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਵਾਰਾਣਸੀ ਫਾਈਨ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਰੇ ਨਾਲ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਉਹਨੇ ਪਿਓ ਦੇ ਪੁੱਤ ਨੇ ਰੈਲੀ ਕਰ ਦਿੱਤੀ ਕਚਹਿਰੀ ਦੇ ਮੂਹਰੇ ਉਹਨਾਂ ਨੇ ਬੰਦਾ ਨਹੀਂ ਫੜਕੇ ਮੰਗਲਵਾਰ ਦਾ ਪੈਰ ਭਰਨ ਆ ਗਿਆ 4 ਦਿਨ ਕਹਿੰਦੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਊਗਾ ਜਦੋਂ ਫੈਲ ਜਾਵਾਂ ਖਿਲਾਵਾਂਗੇ ਅਸੀਂ ਫੈਲ ਲੈ ਕੇ ਮੈਂ ਤੇ ਮੇਰਾ ਵਕੀਲ ਤੇ 10 ਬੰਦੇ ਬਾਹਰ ਖੜੇ ਹਾਂ ਚਲੋ ਇੱਥੇ ਤਾਂ ਸਿਸਟਮ ਕੁਛ ਹੋਰ ਆ ਉੱਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮ੍ਹਾਂ ਕਰਾਏਗਾ ਬੈਂਕ 'ਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰਪੋਜ਼ਲ ਮੰਨੇ ਜਾਊਗੀ ਸਾਰੇ ਕੰਮ ਕਰਨ ਤੋਂ ਬਾਅਦ ਵੀ ਕਿ ਇੰਨੇ ਪੈਸੇ ਖਰਾਬ ਕੀਤੇ ਮੈਂ ਕਿਹਾ ਯਾਰ ਬਹੁਤ ਗਲਤੀ ਹੋਈ ਅੱਜ ਏਡਾ ਵੱਡਾ ਨਹੀਂ ਰਿਸਕ ਲੈਣਾ ਸੀਗਾ ਬਹੁਤ ਛੋਟੇ ਛੋਟੇ ਰਿਸਕ ਲੈ ਸੀ ਪਰ ਜ਼ਿੰਦਗੀ 'ਚ ਏਡਾ ਵੱਡਾ ਰਿਸਕ ਲੈਣ ਤੋਂ ਬਾਅਦ ਵੀ ਇੱਕ ਜ਼ਿੰਦਗੀ ਤੋਂ ਸਮਝ ਮਿਲ ਗਈ ਆ ਵੀ ਹੁਣ ਨਹੀਂ ਲੈਣੀ ਆਪਾਂ ਤਾਂ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਦੇਖੋ ਜੀ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰਕਸ਼ਾ ਨੂੰ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਂ ਬਾਪ ਦਾ ਸਾਡੀ ਅੱਖਾਂ ਨੇ
ਸਾਡੇ ਵਾਲਮੀਕ ਸਮਾਜ, ਗੁਰੂ ਰਵਿਦਾਸ ਸਮਾਜ, ਮਹਾਸ਼ਾ ਸਮਾਜ, ਸਾਡੇ ਕਬੀਰ ਸਮਾਜ, ਸਾਰੇ ਸਮਾਜ ਇਕੱਠੇ ਹੋਏ ਤੇ ਕਿਸੇ ਨੇ ਵੀ ਸਾਡਾ ਜੋ ਨਹੀਂ ਕੀਤਾ। ਮੈਂ ਜਿੱਦਾਂ ਚੁੱਕ ਆ ਗਿਆ ਸੀਗਾ, ਮੈਂ ਆਪਣਾ ਪੂਰਾ 1.5-2 ਲੱਖ ਰੁਪਇਆ ਇਕੱਠਾ ਕਰਕੇ ਉੱਥੇ ਚੱਲ ਗਿਆ, ਸਾਰਾ ਤਿਆਰੀ ਤਿਉਰੀ ਕਰਕੇ ਪੂਰੀ ਪਲੈਨਿੰਗ ਨਾਲ। ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਕੁਛ ਹੋਰ ਹੋ ਜਾਣੀ ਹੈ, ਕਿਉਂਕਿ ਸਾਰਾ ਗੇਮ ਹੀ ਬੰਦ ਹੋ ਗਈ। ਮੈਂ ਉੱਥੇ ਇਕੱਲਾ ਕੀ ਕਰਾਂ, ਸਾਰੇ ਲੋਕ ਬਾਹਰ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ, ਤੇ ਪਰ ਲੇਕਿਨ ਨਹੀਂ ਗੱਲ ਬਣੀ। ਚਲੋ ਪਰਮਾਤਮਾ ਰੱਬ ਸਭ ਨੂੰ ਰਾਹੀ ਰੱਖੇ, ਔਰ ਤੁਹਾਨੂੰ ਚੰਨੀ ਜੀ ਅਸੀਂ ਫਿਰ ਦੁਆ ਕਰਾਂਗੇ ਰੱਬ ਤੋਂ, ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ, ਸੋਨੀਆ ਗਾਂਧੀ ਜੀ ਤੇ ਅਰਦਾਸ ਕਰਾਂਗੇ, ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਰੱਬ ਦੇ ਕੇ ਅਰਦਾਸ ਕਰਾਂਗੇ, ਔਰ ਸੋਨੀਆ ਗਾਂਧੀ ਜੀ ਨੂੰ ਕਹਾਂਗੇ, ਰਾਹੁਲ ਗਾਂਧੀ ਜੀ ਨੂੰ ਕਹਾਂਗੇ ਵੀ ਸਾਡੇ CM ਸਾਹਿਬ ਫਿਰ ਦੁਆ ਕਰਾਂ। ਤੇ ਜਿਹਨਾਂ ਨੇ ਇੱਕ ਗੱਲ ਕੀਤੀ ਸੀ ਕਿ ਘਰ ਘਰ ਉੱਠੀ ਗੱਲ, ਚੰਨੀ ਸਾਹਿਬ ਕਰਨਗੇ ਮਸਲੇ ਹੱਲ।